ਵੀਰ ਜੀ ਇਹ ਵੀਡੀਓ ਉਹਨਾਂ ਵੀਰਾਂ ਤੱਕ ਸ਼ੇਅਰ ਕਰਿਓ ਜਿਹੜੇ ਗੁਰਦੇ ਦੀ ਪਥਰੀ ਦੀ ਦਰਦ ਤੋਂ ਬਹੁਤ ਪਰੇਸ਼ਾਨ ਆ ਬਾਰ-ਬਾਰ ਪਥਰੀ ਹੋ ਜਾਂਦੀ ਆ ਦਵਾਈਆਂ ਖਾ ਖਾ ਥੱਕ ਹਾਰ ਚੁੱਕੇ ਆ ਆਪਰੇਸ਼ਨ ਕਰਵਾ ਕੇ ਵੀ ਥੱਕ ਹਾਰ ਚੁੱਕੇ ਆ ਦੁਬਾਰਾ ਪਥਰੀ ਬਣ ਜਾਂਦੀ ਆ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਕਿਰਪਾ ਕਰਕੇ ਇਹ ਵੀਡੀਓ ਹਰੇਕ ਜੋ ਤੁਹਾਡੇ ਨਾਲ ਐਡ ਆ ਉਹਨੂੰ ਸ਼ੇਅਰ ਜ਼ਰੂਰ ਕਰਿਓ ਪਥਰੀ ਦੀ ਦਵਾਈ ਬੜੀ ਹੀ ਟਾਪ ਦੀ ਅਸੀਂ ਖੁਦ ਆਪ ਤਿਆਰ ਕਰਦੇ ਆ ਜਿਵੇਂ ਕਿ ਦੇਖੋ ਤੁਸੀਂ ਖਰਲ ਦੇ ਵਿੱਚ ਦਵਾਈ ਪਾ ਕੇ ਮੂਲੀ ਦੇ ਰਸ ਦੇ ਵਿੱਚ ਲਗਾਤਾਰ 1 ਮਹੀਨਾ ਰਗੜਾਈ ਕਰਨ ਤੋਂ ਬਾਅਦ ਫਿਰ ਇਹਦੇ ਵਿੱਚ ਸਾਰੀਆਂ ਜੜੀਆਂ ਬੂਟੀਆਂ ਮਿਕਸ ਕਰਕੇ ਦਵਾਈ ਤਿਆਰ ਕੀਤੀ ਜਾਂਦੀ ਆ ਗੁਰਦੇ ਦੀ ਪਥਰੀ 1 mm ਤੋਂ ਲੈ ਕੇ 25 mm ਤੱਕ ਹੋਵੇ ਖੁਰ ਕੇ ਬਾਹਰ ਨਿਕਲ ਜਾਂਦੀ ਆ ਦਵਾਈ 1 ਮਹੀਨੇ ਤੋਂ ਲੈ ਕੇ 3-4 ਮਹੀਨੇ ਤੱਕ ਖਾਣੀ ਪੀ ਸਕਦੀ ਆ ਪਥਰੀ ਦੇ ਸਾਈਜ਼ ਦੇ ਹਿਸਾਬ ਦੇ ਨਾਲ ਦਰਦ ਤੁਹਾਡੀ 3 ਤੋਂ 4 ਦਿਨ ਦੇ ਵਿੱਚ ਵਿੱਚ ਬੰਦ ਹੋ ਜਾਊਗੀ ਤੇ ਹੌਲੀ ਹੌਲੀ ਪਥਰੀ ਕਿੱਡੀ ਵੀ ਹੋਵੇ ਖੁਰ ਕੇ ਬਾਹਰ ਨਿਕਲ ਜਾਊਗੀ ਗੁਰਦੇ ਦੇ ਵਿੱਚ ਪਿਸ਼ਾਬ ਵਾਲੀ ਨਾਲੀ ਦੇ ਵਿੱਚ ਮਸਾਨੇ ਵਿੱਚ ਕਿਤੇ ਵੀ ਪਥਰੀ ਫਸੀ ਹੋਵੇ ਇਹ ਦਵਾਈ ਬੜੀ ਹੀ کارਗਰ ਆ ਸ਼ੇਅਰ ਜ਼ਰੂਰ ਕਰਿਓ